ਕਿੰਨੇ ਪੈਸੇ ਵੀ ਨਹੀਂ ਅਸੀਂ ਸਕਦੇ ਜੀ ਪਹਿਲੀ ਵਾਰ ਕਿੰਨੇ ਪੈਸੇ 500 ਰੁਪਏ ਗੱਡੀ 'ਚ 500 ਰੁਪਏ 200 ਰੁਪਈਆ 200 ਰੁਪਈਆ ਕਿਆ ਚੀਜ਼ ਪਰ ਕਰੇਗੀ ਔਰ ਕਿਆ ਕਰੇਗੀ ਬਸ ਕਰੇਗੀ ਔਰ 200 ਰੁਪਏ ਲੇਗੀ ਹੈ ਉਹ ਸਾਹਮਣੇ ਬੰਦੇ ਖੜੇ ਹੈ ਤੂੰ ਹੈ ਇਹ ਤੁਹਾਡਾ 5-6 ਜਣੋ ਕਾ ਯਹੀ ਪੇ ਯਹੀ ਕੰਮ ਹੈ ਕੀ ਰੇਟ ਲੈਂਦੇ ਹੋ ਵੀਡੀਓ ਨਾ ਨਾ ਵਾਇਰਲ ਕਿੰਨੇ ਰੁਪਏ ਲੈ ਲੈਂਦੇ ਹੋ ਕਿੰਨੇ ਰੁਪਏ ਲੈਂਦੇ ਹੋ ਦੱਸੋ 200 ਰੁਪਏ 300 ਰੁਪਏ 200 ਰੁਪਏ ਕੋਈ ਖੋਫ ਨਹੀਂ ਹੁੰਦਾ ਪ੍ਰਸ਼ਾਸਨ ਦਾ ਕੀ ਉਹਨਾਂ ਨਾਲ ਸੈਟਿੰਗ ਹੁੰਦੀ ਹੈ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਸਮਾਂ ਹੋ ਚੁੱਕਾ ਵੈ ਤਕਰੀਬਨ ਤੁਹਾਨੂੰ ਦੱਸ ਦਈਏ 11:20 ਇਸ ਸਮੇਂ ਅਸੀਂ ਲੁਧਿਆਣਾ ਦੇ ਟਰਾਂਸਪੋਰਟ ਨਗਰ ਖੜ੍ਹੇ ਹਾਂ ਟਰਾਂਸਪੋਰਟ ਨਗਰ ਦੇ ਵਿੱਚ ਖੜ੍ਹੇ ਹਾਂ ਜਿੱਥੇ ਜਿਸਮ ਫਰੋਸ਼ੀ ਦਾ ਕੰਮ ਬਖੂਬੀ ਬੜੇ ਜ਼ੋਰਾਂ ਸ਼ੋਰਾਂ 'ਤੇ ਹੁੰਦਾ ਤੋ ਗੱਲ ਕਰੀ ਜਾਵੇ ਥਾਣਾ ਮੋਤੀ ਨਗਰ ਦੀ ਹੱਦ ਬਿਲਕੁਲ ਸਾਹਮਣੇ ਪੈਂਦੀ ਹੈ ਲੇਕਿਨ ਇੱਥੇ ਜਿਸਮ ਫਰੋਸ਼ੀ ਦਾ ਕੰਮ ਨੇ ਧਰਲੇ ਨਾਲ ਕੀਤਾ ਜਾਂਦਾ ਨਾ ਉਹਨਾਂ ਨੂੰ ਪੁਲਿਸ ਦਾ ਖੌਫ ਹੈ ਨਾ ਕਿਸੇ ਪ੍ਰਸ਼ਾਸਨ ਦਾ ਖੌਫ ਹੈ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਹੈ ਤਾਂ ਲੁਧਿਆਣਾ ਸ਼ਹਿਰ ਦਾ ਇਹ GP ਰੋਡ ਕਿਹਾ ਜਾ ਸਕਦਾ ਇਸ ਟਰਾਂਸਪੋਰਟ ਨਗਰ ਜੋ ਤਸਵੀਰਾਂ ਦਿਖਾਈਆਂ ਜਾ ਰਹੀਆਂ ਜਿੱਥੇ ਅੱਗੇ ਕਿੰਨਰਾਂ ਦੇ ਭੇਸ ਦੇ ਵਿੱਚ ਕੁਝ ਲੋਕ ਖੜ੍ਹੇ ਹੋਏ ਨੇ ਜੋ ਵੀਡੀਓ ਨਾਲ ਦੀ ਨਾਲ ਚੱਲ ਰਹੀ ਹੈ ਤੁਸੀਂ ਉਹ ਤਮਾਮ ਤਸਵੀਰਾਂ ਦੇਖ ਰਹੇ ਹੋ ਰੇਡ ਦੀ ਗੱਲ ਕੀਤੀ ਜਾ ਰਹੀ ਹੈ ਅੱਗੇ ਜਿਹੜੇ ਨੇ ਲੜਕੀਆਂ ਜਿਹੜੀਆਂ ਇੱਥੇ ਖੜੀਆਂ ਹੋਈਆਂ ਨੇ ਜੋ ਫੋਨ ਰਾਤ ਨੂੰ ਖੋ ਲੈਂਦੀਆਂ ਨੇ ਤਾਂ ਫੋਨ ਖੋਣ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ ਲੇਕਿਨ ਆ ਟਰਾਂਸਪੋਰਟ ਨਗਰ ਹੈ ਤੁਹਾਨੂੰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਅੱਗੇ ਦਿਖਾਉਣਗੇ ਕਿ ਇਹ ਪੂਰਾ ਦਾ ਪੂਰਾ ਟਰਾਂਸਪੋਰਟ ਨਗਰ ਹੈ ਜਿਹਨੂੰ ਇਸ ਸਮੇਂ GP ਰੋਡ ਕਿਹਾ ਵੀ ਜਾ ਸਕਦਾ ਵੈ GP ਰੋਡ ਇਸ ਕਰਕੇ ਕਹਿਣਾ ਤੋਂ ਗੁਰੇਜ਼ ਨਹੀਂ ਕੀਤਾ ਜਾਊਗਾ ਕਿ ਇਹ GP ਰੋਡ ਇਸ ਕਰਕੇ ਕਿਹਾ ਜਾ ਰਿਹਾ GP ਰੋਡ ਇਸ ਕਰਕੇ ਕਿਹਾ ਜਾ ਰਿਹਾ ਕਿ ਇੱਥੇ ਰਾਤ ਨੂੰ ਜਿਹੜਾ ਜਿਸਮ ਫਰੋਸ਼ੀ ਦਾ ਕੰਮ ਬੜੇ ਧੜੱਲੇ ਨਾਲ ਚੱਲਦਾ ਇਹ ਦੇਖੋ ਵੀਡੀਓ 'ਤੇ ਆਪ ਹੀ ਅੰਦਾਜ਼ਾ ਲਗਾ ਲਓ ਕਿ ਪ੍ਰਸ਼ਾਸਨ ਦੇ ਬੇਖੌਫ ਨਤੀਜੇ ਤੁਹਾਨੂੰ ਦਿਖਾ ਰਿਹਾ ਕਿ ਪ੍ਰਸ਼ਾਸਨ ਅਗਰ ਇੱਥੇ ਜਿਸਮ ਫਰੋਸ਼ੀ ਦਾ ਕੰਮ ਬੰਦ ਕਰਾਵੇ ਤਾਂ ਲੁੱਟਾਂ ਖੋਹਾਂ ਵੀ ਬੰਦ ਹੋ ਸਕਦੀਆਂ ਨੇ ਦੇਖੋ ਆ ਪੂਰੀ ਵੀਡੀਓ ਨਹੀਂ ਅਸੀਂ ਸਕਦੇ ਜੀ ਪਹਿਲੀ ਵਾਰ ਕਿੰਨੇ ਪੈਸੇ 500 ਰੁਪਏ ਗੱਡੀ 'ਚ 500 ਰੁਪਏ 200 ਰੁਪਈਆ 200 ਰੁਪਈਆ ਕਿਆ ਚੀਜ਼ ਪਰ ਕਰੇਗੀ ਔਰ ਕਿਆ ਕਰੇਗੀ ਬਸ ਕਰੇਗੀ ਔਰ 200 ਰੁਪਏ ਲੇਗੀ ਹੈ ਉਹ ਸਾਹਮਣੇ ਬੰਦੇ ਖੜ੍ਹੇ ਹੈ ਤੂੰ ਹੈ ਇਹ ਤੁਹਾਡਾ 5-6 ਜਣੋ ਕਾ ਯਹੀ ਪੇ ਯਹੀ ਕੰਮ ਹੈ ਨੁਕਸਾਨ ਤੁਹਾਡਾ ਹੋਣਾ ਐਕਸਕਲੂਸਿਵ ਤਸਵੀਰ ਹੈ ਕੀ ਕੰਮ ਕਰਦੇ ਬਾਈ ਇੱਥੇ ਨਾ ਨਾ ਕੀ ਕੰਮ ਹੈ ਗਾੜੀ ਚਾਟੋ ਨਾ ਨਾ ਤੁਸੀਂ ਕੀ ਕੰਮ ਕਰਦੇ ਹੋ ਉੱਥੇ ਵੱਡੇ ਭਰਾ ਨਾ ਨਾ ਕੀ ਕਰਦੇ ਹੋ ਵੀਡੀਓ ਬਣਾਈ ਤੁਸੀਂ 500 ਰੁਪਏ ਜੋ ਕਿਹਾ ਨਾ ਮੈਨੂੰ ਤੁਹਾਡੀ ਵੀਡੀਓ ਬਣਾਈ ਬਕਾਇਦਾ ਮੈਂ ਠੀਕ ਹੈ ਜੀ ਤੁਸੀਂ ਇੱਥੇ ਮੇਰੀ ਗੱਲ ਸੁਣੋ ਇੱਥੇ ਤੁਸੀਂ ਗਰੀਬਾਂ ਨੂੰ ਲੁੱਟਦੇ ਹੋ ਹੈ ਕੱਲ ਇੱਥੋਂ ਵਿਚਾਰਾ ਇੱਕ ਭਈਆ ਜਾ ਰਿਹਾ ਮੇਰੇ ਫੋਨ 'ਚ ਵੀਡੀਓ ਪਈ ਆ ਉਹਦੀ ਨਹੀਂ ਕੰਮ ਕੀ ਕਰਦੇ ਹੋ ਤੁਸੀਂ ਜਿਸਮ ਫਰੋਸ਼ੀ ਭਾਜੀ ਇੱਥੇ ਇੰਨਾ ਇੱਕ ਮਿੰਟ
ਤੁਸੀਂ ਮੇਰੀ ਗੱਲ ਸੁਣੋ ਜੀ, ਆ ਤੁਹਾਡੇ ਬੰਦੇ ਤੁਸੀਂ ਨਾਲ ਰੱਖਿਆ ਇਹ ਇੱਥੇ ਖੋ ਬਾਜੀਆਂ ਕਰਦੇ ਆ, ਇੱਥੋਂ ਗਰੀਬ ਬੰਦਾ, ਮੇਰੀ ਗੱਲ ਸੁਣੋ, ਇੱਥੋਂ ਗਰੀਬ ਬੰਦਾ ਦਿਹਾੜੀ ਲਾ ਕੇ ਲੰਘਦਾ ਜੀ 250 ਕਮਾ ਕੇ, ਤੁਸੀਂ ਉਹਦਾ ਕਦੀ ਫੋਨ ਕੱਢਦੇ ਹੋ, ਕਦੀ ਉਹਨਾਂ ਦੇ ਪੈਸੇ ਕੱਢਦੇ ਹੋ? ਕੱਲ ਮੈਂ ਖੁਦ ਤੁਹਾਡੇ ਇੱਥੋਂ ਦੋ ਜਨਾਨੀਆਂ 7 ਨੰਬਰ ਥਾਣੇ ਛੱਡ ਕੇ ਆਇਆ ਜੀ। ਬਾਰਿਸ਼ ਹੋਈ ਆ ਤਾਂ ਅੱਜ ਕੁੜੀਆਂ ਨੀ ਆਈਆਂ, ਤੁਹਾਨੂੰ ਕਿੱਦਾਂ ਪਤਾ ਕਿ ਇੱਥੇ ਕੁੜੀਆਂ ਨੀ ਆਈਆਂ ਜੀ? ਮੈਨੂੰ ਨੀ ਪਤਾ, ਇੱਧਰ ਖੜਦੇ ਆ, ਮੈਨੂੰ ਤਾਂ ਕੁੱਤੇ ਨਹੀਂ ਖੜਦੇ ਪੈਂਦੇ। ਭਾਈ ਇੱਕ ਮਿੰਟ, ਮੈਨੂੰ ਤਾਂ ਇੱਥੇ ਕੁੱਤੇ ਨਹੀਂ ਖੜਦੇ। ਕਿੰਨਾ ਸਮਾਂ ਹੋ ਗਿਆ ਇੱਥੇ ਖੜੇ ਹੋਏ ਨੂੰ? ਮੈਨੂੰ ਹਾਂ, ਮੈਨੂੰ ਹੋਏ 10-15 ਮਿੰਟ ਹੋਇਆ। ਰੇਟ ਕੀ ਲੈਂਦੇ ਹੋ? ਜੋ ਇੱਥੇ ਦੇ ਦਿੰਦੇ ਉਹੀ ਬਸ। ਕੀ ਰੇਟ ਲੈ ਲੈਂਦੇ ਹੋ ਫਿਰ ਵੀ? ਕੀ ਰੇਟ ਲੈਂਦੇ ਹੋ? ਵੀਡੀਓ ਨਾ ਵਾਇਰਲ ਕਰੋ। ਕਿੰਨੇ ਰੁਪਏ ਲੈ ਲੈਂਦੇ ਹੋ? ਕਿੰਨੇ ਰੁਪਏ ਲੈਂਦੇ ਹੋ? 200 ਰੁਪਏ ਬਸ। 300 ਰੁਪਏ 200 ਰੁਪਏ? ਕੋਈ ਖੌਫ ਨਹੀਂ ਹੁੰਦਾ ਪ੍ਰਸ਼ਾਸਨ ਦਾ ਕਿ ਉਹਨਾਂ ਨਾਲ ਸੈਟਿੰਗ ਹੁੰਦੀ ਹੈ? ਮੈਂ ਕਈ ਬਿਮਾਰੀਆਂ ਜਿਹੜੀਆਂ ਲੱਗ ਸਕਦੀਆਂ ਨੇ। ਬੱਚੇ ਕਿੰਨੇ ਨੇ ਤੁਹਾਡੇ? ਇੱਕ ਕੁੜੀ ਆ। ਇੱਕ ਕੁੜੀ ਆ? ਤੁਹਾਨੂੰ ਪਤਾ ਕਈ HIV ਵਰਗੀਆਂ ਬਿਮਾਰੀਆਂ ਵੱਡੀਆਂ ਲੱਗ ਸਕਦੀਆਂ ਨੇ। ਜੀ ਰੱਬ ਨੇ ਤੁਹਾਨੂੰ ਹੱਥ ਪੈਰ ਫੈਕਟਰੀ ਲੱਗ ਸਕਦੇ ਹੋ, ਵਧੀਆ ਕੰਮ ਕਰ ਸਕਦੇ ਹੋ ਨਾ ਤੁਸੀਂ ਕਿਤੇ, ਜਿੱਥੇ ਤੇ ਜੌਬ ਤੇ ਲੱਗ ਜਾਓ। 10,000 ਰੁਪਏ ਤਾਂ ਤੁਹਾਨੂੰ ਸੈਲਰੀ ਮਿਲੂਗੀ ਨਾ ਘੱਟੋ ਘੱਟ? ਨਹੀਂ ਮਿਲਦੀ, ਮੈਂ ਲਵਾ ਦੇਣਾ ਜੌਬ ਤੇ। ਜਾਣ ਦੋ ਜਿੱਥੇ ਜਾਣਾ। ਨਾ ਨਾ, ਉਹ ਤਾਂ ਚੱਲਣੀ ਹੈ, ਪਿੱਛੇ ਵੀ ਸਟਿੰਗ ਕਰਕੇ ਆਏ ਆ। ਭਾਈ ਇਹ ਕੀ ਕੰਮ, ਕੀ ਰੇਟ ਕੀ ਹੋਇਆ ਸੀਗਾ? ਭਾਜੀ ਇੱਥੇ ਮੈਂ ਇੱਥੇ ਖੜਾ ਸੀ, ਗੱਡੀ ਲਾਈ, ਜਦੋਂ ਅਸੀਂ ਰੋਟੀ ਖਾ ਕੇ ਬਾਹਰ ਨਿਕਲੇ ਸਾਨੂੰ ਇਹਨਾਂ ਨੇ ਗੱਡੀ 'ਚ ਹੱਥ ਮਾਰਿਆ। ਅਸੀਂ ਗੱਡੀ ਰੋਕੀ, ਸਾਨੂੰ ਕਹਿੰਦੀ ਆ ਜਾਓ 500 ਰੁਪਏ ਦੇ ਦਿਓ, ਜੋ ਮਰਜ਼ੀ ਕਰ ਦਿਓ ਸਾਡੇ ਨਾਲ ਗੱਡੀ। ਅਸੀਂ ਕਿਹਾ ਅਸੀਂ ਇੱਦਾਂ ਦੇ ਨਹੀਂ ਹੈਗੇ, ਸਾਨੂੰ ਜਾ ਲੈਣ ਦਿਓ, ਠੀਕ ਹੈ ਜੀ। ਮੁੜ ਕੇ ਮੈਂ ਉਤਰ ਕੇ ਜੀ ਇਹਨਾਂ ਦੀ ਵੀਡੀਓ ਬਣਾਈ ਹੈ, ਬਕਾਇਦਾ ਵੀਡੀਓ ਵਿੱਚ ਮੈਨੂੰ ਕਹਿ ਰਹੀ ਹੈ ਜੀ ਕਿ 500 ਰੁਪਇਆ ਦੇ ਦਿਓ ਮੈਨੂੰ। ਲੱਗਦਾ ਪ੍ਰਸ਼ਾਸਨ ਦਾ ਖੌਫ ਹੋਊਗਾ? ਭਾਜੀ ਇਹਨਾਂ ਨੂੰ ਤਾਂ ਬਿਲਕੁਲ ਖੌਫ ਨਹੀਂ ਹੈਗਾ, ਮੈਨੂੰ ਤਾਂ ਲੱਗਦਾ ਹੀ ਨਹੀਂ ਇੱਥੇ ਮੁਲਾਜ਼ਮ ਗੇੜੇ ਮਾਰਦੇ ਹੋਣਗੇ ਜੀ। ਮੈਨੂੰ ਤਾਂ PCR ਆਉਂਦੀ ਹੈ ਨਾ ਜੀ? ਨਾ, PCR ਆਉਂਦੀ ਹੋਊਗੀ, ਪੈਸੇ ਲੈ ਕੇ ਚੱਲ ਜਾਂਦੇ ਹੋਣੇ ਆ ਜੀ ਮੇਰੇ ਹਿਸਾਬ ਨਾਲ ਤਾਂ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਹਿਊਮਨ ਰਾਈਟ ਤੋਂ ਹਾਂ, ਜੀਵਨ ਸਿੰਘ। ਜੀਵਨ ਭਾਈ, ਹਿਊਮਨ ਰਾਈਟਸ ਤੋਂ ਹਾਂ, ਮਾਨਵ ਅਧਿਕਾਰ ਸੰਸਥਾ ਜਿਹੜੀ ਹੋ ਜਾਂਦੀ ਹੈ, ਕੀ ਅਧਿਕਾਰ ਹੈ ਯਾਰ ਤੁਹਾਡੇ ਕੋਲ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਸੇਫ ਸਾਈਡ ਤੇ ਲੈ ਕੇ ਜਾਂਦੇ? ਮੈਂ 3 ਜਾਂ 4 ਦਿਨ ਤੋਂ ਲਗਾਤਾਰ ਦੇਖ ਰਿਹਾ, ਕਦੇ ਕੋਈ ਆਉਂਦਾ ਕਦੇ ਕੋਈ ਆਉਂਦਾ। ਇਹੀ ਹੈ ਜਦੋਂ ਇਹਨਾਂ ਦੇ ਕੋਲ ਗੱਡੀ ਰੁਕਦੀਆਂ, ਇਹਨਾਂ ਦੀ ਕੁੜੀਆਂ ਆਪ ਆਉਂਦੀਆਂ ਅੱਗੇ ਕਿ ਦੱਸੋ ਕੁਛ ਕਰਾਉਣਾ ਜਾਂ ਨਹੀਂ। ਇਹਨਾਂ ਨੇ ਇਕੱਲਾ ਇਕੱਲਾ ਤੈਅ ਕੀਤਾ ਹੋਇਆ ਰੇਟ 500-200, ਇਹਨਾਂ ਹਰ ਵਾਰੀ ਇੱਦਾਂ ਆ ਕੇ ਕਰਦੇ ਆ। ਕੱਲ ਵੀ ਆਪਾਂ ਫੜਿਆ ਇੱਕ ਗਰੀਬ ਥਾਣੇ ਦੇ ਕੇ ਆਏ ਹਾਂ ਅਸੀਂ, ਇੱਕ ਕੁੜੀ ਨੂੰ ਚੱਕ ਕੇ 7 ਨੰਬਰ ਥਾਣੇ, ਉਹ ਗਰੀਬ ਦਾ ਫੋਨ ਦਵਾਇਆ। ਮੋਤੀਨਗਰ ਲੱਗਦਾ ਥਾਣਾ, ਮੋਤੀਨਗਰ ਸੋਰੀ। ਜੋ ਕੰਮ ਚੱਲਦਾ ਕਿ ਪ੍ਰਸ਼ਾਸਨ ਨੂੰ ਨੌਲੇਜ ਨਹੀਂ ਹੁੰਦੀ? ਹੋਊਗੀ ਨਾ ਨੌਲੇਜ? ਤਾਂ ਨੌਲੇਜ ਤਾਂ ਇਹਨਾਂ ਨੂੰ ਹਰ ਹੋਣੀ ਹੀ ਹੋਣੀ ਆ। ਤੇ ਹਿਊਮਨ ਰਾਈਟਸ ਵੱਲੋਂ ਹੁਣ ਕੀ ਕਰੋਗੇ ਮਾਨਵ ਅਧਿਕਾਰ ਵੱਲੋਂ? ਇਹ ਤਾਂ ਇਹਨਾਂ ਨੂੰ ਚਾਹੀਦਾ, ਕਰਨਾ ਚਾਹੀਦਾ, ਇਹ ਤਾਂ ਸਰਕਾਰਾਂ ਤੇ ਕਰਨਾ ਚਾਹੀਦਾ। ਤੁਹਾਡਾ ਵੀ ਜਿੰਮਾ ਬਣ ਜਾਂਦਾ ਮਾਨਵ ਅਧਿਕਾਰ ਸੰਸਥਾ ਨੂੰ, ਇਹਨਾਂ ਨੂੰ ਕਿਤੇ ਵਧੀਆ ਕੰਮ ਲਗਾਓ। ਜਿੱਦਾਂ ਬਾਈ ਨੇ ਕਿ ਕੰਮ ਲਵਾ ਦਿੰਦੇ ਆ, ਲੇਕਿਨ ਇਹ ਕੰਮ ਕਰਕੇ ਰਾਜ਼ੀ ਨਹੀਂ ਹੈ। ਕੰਮ ਕਰਕੇ ਰਾਜ਼ੀ ਨਹੀਂ ਨਾ, ਇਹਨਾਂ ਨੂੰ 2 ਨੰਬਰ ਦਾ ਹੋ ਗਿਆ ਹੋਇਆ ਕੰਮ। ਜਿਵੇਂ ਕਹਿੰਦੇ ਨਾ ਖੂਨ ਲੱਗ ਗਿਆ ਵਾ ਇੱਕ, ਉਹ ਇਹਨਾਂ ਨੂੰ ਲੱਗ ਗਿਆ ਕਿ ਅਸੀਂ ਲੋਕਾਂ ਨੇ ਗਰੀਬ ਮਾਰ ਕਰਕੇ ਗਰੀਬਾਂ ਦੀਆਂ ਚੀਜ਼ਾਂ ਪੈਸੇ ਕੱਢ ਕੇ ਹੀ ਆਪਣਾ ਘਰ ਚਲਾਉਣਾ। ਤੁਹਾਨੂੰ ਲੱਗਦਾ ਨਹੀਂ ਇਹਨੂੰ GP ਰੋਡ ਕਿਹਾ ਜਾ ਸਕਦਾ? ਬਿਲਕੁਲ ਕਿਹਾ ਜਾ ਸਕਦਾ, ਦਿੱਲੀ ਰੋਡ ਵੀ ਆ। ਦਿੱਲੀ ਫੇਲ ਇੱਥੇ ਤਾਂ ਦਿੱਲੀ ਫੇਲ ਕੀਤਾ ਪਿਆ ਜੀ ਟਰਾਂਸਪੋਰਟ ਨਗਰ 'ਚ ਤਾਂ ਇਹਨਾਂ ਨੇ। ਇਹ ਰਾਤ ਦਾ ਸਟਿੰਗ ਦਿਖਾ ਰਹੇ ਆ ਤੁਹਾਨੂੰ, ਇਹ ਨਾ ਸੋਚੋ ਕਿ ਦਿਨ ਦਾ ਸਟਿੰਗ ਹੈ, ਇਹ ਰਾਤ ਦਾ ਸਟਿੰਗ ਇਸ ਕਰਕੇ ਦਿਖਾਇਆ ਜਾ ਰਿਹਾ ਕਿ ਰਾਤ ਨੂੰ ਟਰਾਂਸਪੋਰਟ ਨਗਰ ਦੇ ਵਿੱਚ ਬੇਧੜੱਲੇ ਨਾਲ ਜਿਸਮ ਫਰੋਸ਼ੀ ਦਾ ਕੰਮ ਚੱਲਦਾ ਹੈ। ਜਿਸਮ ਫਰੋਸ਼ੀ ਉਹ ਵੀ ਛੋਟੇ ਲੈਵਲ ਦੀ ਨਹੀਂ, ਵੱਡੇ ਲੈਵਲ ਦੀ।
ਆਪਣੇ ਆਪ ਗਾਹਕਾਂ ਨੂੰ ਗੱਡੀ ਰੁਕਦੀ ਨਹੀਂ ਜਾਂ ਮੋਟਰਸਾਈਕਲ ਰੁਕਦਾ ਨਹੀਂ ਗਾ, ਟਰੱਕ ਡਰਾਈਵਰਾਂ ਦੇ ਫੋਨ ਤੱਕ ਚੋਰੀ ਹੋ ਜਾਂਦੇ ਨੇ, ਲੇਕਿਨ ਇਹ ਗੱਡੀ ਰੁਕੂਗੀ ਤਾਂ ਰੇਟ ਜਿਹੜੇ ਤੈਅ ਹੋਣੇ ਸ਼ੁਰੂ ਹੋ ਜਾਂਦੇ ਨੇ. ਹੁਣ ਦੇਖਦੇ ਹਾਂ ਵੀਡੀਓ ਚੱਲਣ ਤੋਂ ਬਾਅਦ ਪ੍ਰਸ਼ਾਸਨ ਦੇ ਵਿੱਚ ਕੀ ਰੋਕ ਲੈਂਦਾ ਕਿ ਇਹ ਜੀ ਪੀ ਰੋਡ ਬਣਦਾ ਪਿਆ ਜਿਹੜਾ ਲੁਧਿਆਣਾ ਦਾ ਟਰਾਂਸਪੋਰਟ ਨਗਰ, ਉਹ ਹੁਣ ਬਣੇਗਾ ਕਿ ਨਹੀਂ ਬਣੇਗਾ. ਜਿਹੜੀ ਤੁਹਾਨੂੰ ਵੀਡੀਓ ਦਿਖਾਈ ਆ ਉਹ ਲੁਧਿਆਣਾ ਦੇ ਟਰਾਂਸਪੋਰਟ ਨਗਰ ਦੀ ਹੈ, ਜਿਹਨੂੰ ਜੀ ਪੀ ਰੋਡ ਵੀ ਕਿਹਾ ਜਾ ਸਕਦਾ ਹੈ. ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਇੱਥੇ ਬੇਧੜੱਲੇ ਨਾਲ ਜਿਸਮ ਫਰੋਸ਼ੀ ਦਾ ਕੰਮ ਚੱਲਦਾ ਪਿਆ ਵੈ, ਲੇਕਿਨ ਜੋ ਰੇਟ ਜਿਹੜੇ ਤੈਅ ਕੀਤੇ ਹੋਏ ਰੇਟਾਂ ਦੇ ਤਹਿਤ ਅਤੇ ਗ੍ਰਾਹਕ ਆਉਂਦੇ ਉਹਨਾਂ ਨੂੰ ਮਨਚਾਹੀ ਸਰਵਿਸ ਅਤੇ ਦਿੱਤੀ ਜਾਂਦੀ ਹੈ, ਲੇਕਿਨ ਇਹਨਾਂ ਨੂੰ ਬੇਖੌਫ ਨੇ. ਹੁਣ ਦੇਖਦੇ ਆ ਖਬਰ ਚੱਲਣ ਤੋਂ ਬਾਅਦ ਪ੍ਰਸ਼ਾਸਨ ਕੀ ਹਰਕਤ ਚਾਹੁੰਦਾ. ਥਾਣਾ ਮੋਤੀ ਨਗਰ ਵੱਲੋਂ ਇਸ ਜਿੱਥੇ ਕਿਹਾ ਜਾ ਸਕਦਾ ਖੂਹਾਂ ਦੀ ਵਾਰਦਾਤ ਨੂੰ ਅੰਜਾਮ ਜਿੱਦਾਂ ਦਿੱਤਾ ਜਾਂਦਾ ਉਸ ਦੇ ਉੱਤੇ ਨਕੇਲ ਪਾਈ ਜਾਏਗੀ ਕਿ ਨਹੀਂ ਪਾਈ ਜਾਏਗੀ ਇਹ ਸਮਾਂ ਹੀ ਦੱਸ ਸਕਦਾ. ਬਣੇ ਰਹੋ ਲੁਧਿਆਣਾ ਲਾਈਵ ਦੇ ਨਾਲ. ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ.